ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਹਾਜ਼ਰ ਹਾਂ ਆਸਟ੍ਰੇਲੀਆ ਦੇ ਉੱਤੇ ਬਹੁਤ ਹੀ ਖਾਸ ਟੌਪਿਕ ਦੇ ਨਾਲ ਨਵਾਂ ਸਾਲ ਚੜ੍ਹ ਗਿਆ 2023 ਇੱਕ ਨਵਾਂ ਟ੍ਰੈਂਡ ਆਸਟ੍ਰੇਲੀਆ ਦਾ ਹੁਣੇ-ਹੁਣੇ ਰਿਕਾਰਡ ਹੋਇਆ ਸੋ ਆਸਟ੍ਰੇਲੀਆ ਦੇ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਅਗਰ ਇੱਕ ਵਾਰ ਰਿਫਿਊਜ਼ਲ ਆ ਜਾਏ ਤੇ ਰਿਜ਼ਲਟ ਲੈਣਾ ਦੁਬਾਰਾ ਵੀਜ਼ਾ ਲੈਣਾ ਅਸੰਭਵ ਵਰਗਾ ਹੈ ਪਰ ਸੁਕਾਂਤ ਤ੍ਰिवेदी ਜੀ ਸਾਡੇ ਨਾਲ ਨੇ ਸੁਕਾਂਤ ਤ੍ਰिवेदी ਜੀ ਨੇ ਇਸ ਨਵੇਂ ਟ੍ਰੈਂਡ ਦੀ ਸ਼ੁਰੂਆਤ ਕਰਾ ਦਿੱਤੀ ਹੈ ਸੋ ਆਸਟ੍ਰੇਲੀਆ ਵੀਜ਼ਾ ਆਫਟਰ ਰਿਫਿਊਜ਼ਲ ਅੱਜ ਕੇਸ ਸਟਡੀ ਵੀ ਹੈ ਤ੍ਰिवेदी ਜੀ ਤੋਂ ਪੂਰੀ ਗੱਲ ਸਮਝਾਂਗੇ ਕਿਹੜੇ ਵਿਦਿਆਰਥੀਆਂ ਨੂੰ ਦੁਬਾਰਾ ਵੀਜ਼ਾ ਮਿਲ ਸਕਦਾ ਹੈ ਅਗਰ ਉਹ ਪਹਿਲਾਂ ਆਸਟ੍ਰੇਲੀਆ ਤੋਂ ਰਿਫਿਊਜ਼ ਹੈ ਇਹ ਵੀ ਅਸੀਂ ਡਿਸਕਸ਼ਨ ਅੱਗੇ ਵਧਾਵਾਂਗੇ ਤ੍ਰिवेदी ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਡੱਲਾ ਜੀ ਔਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਤੇ ਪਹਿਲਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਚੜੇ ਹਨ ਜਿਸ ਦਿਨ ਦੇ ਨਵੇਂ ਸਾਲ ਚਾਏ ਹਲੇ 4-5 ਦਿਨ ਹੀ ਹੋਏ ਹਨ ਐਂਡ ਆਲ ਪੋਜ਼ਿਟਿਵ ਨਿਊਜ਼ ਬਹੁਤ ਅੱਛੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸੋ ਰੱਬ ਕਰੇ ਟ੍ਰੈਂਡ ਅੱਗੇ ਇਦਾਂ ਹੀ ਵਧਦਾ ਰਹੇ ਜਦੋਂ ਡੈਡਲਾਈਨ ਦੱਸਿਆ ਵੀ ਆਸਟ੍ਰੇਲੀਆ ਦਾ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਮੈਂ ਖੁਦ ਹੀ ਆਪਣੇ ਕਾਫੀ ਸ਼ੋਅਸ ਕਰਨਾ ਹੁੰਦਾ ਵੀ ਆਸਟ੍ਰੇਲੀਆ ਇੱਕ ਵਾਰ ਰਿਫਿਊਜ਼ ਹੋ ਗਿਆ ਤੇ ਬੜਾ ਔਖਾ ਹੁੰਦਾ ਬਟ ਇੱਕ ਕੇਸ ਸਾਹਮਣੇ ਆਇਆ ਜਿਸ ਤੇ ਅਸੀਂ ਮਿਹਨਤ ਲਗਾਈ ਐਂਡ ਵੀ ਗਾਟ ਦਾ ਵੀਜ਼ਾ ਥਰੂ ਕਿਸੇ ਹੋਰ ਤੋਂ ਰਿਫਿਊਜ਼ਲ ਸੀਗਾ ਕੇਸ ਦੀ ਥੋੜੀ ਜੀ ਤੁਹਾਨੂੰ ਬਰੀਫ ਦੇ ਵਿੱਚ ਦੱਸਦਾ ਜਿਆਦਾ ਤੇ ਫਿਰ ਲੰਬਾ ਹੋ ਜਾਂਦਾ ਲੜਕੀ 93% ਸਕੋਰ ਉਹਦਾ ਕਲਾਸ 12 ਤੇ ਓਏ ਹੋਏ 93 ਤੇ ਰਿਫਿਊਜ਼ਲ ਹੋ ਗਈ ਪੀਟੀ 77 ਦੈਟ ਮੀਨਸ ਕਿਤਨਾ ਕਿਤੇ 8 ਦਾ ਉਹਦਾ ਪੀਟੀ ਦਾ ਸਕੋਰ ਹੋ ਗਿਆ ਆਲਮੋਸਟ 21 ਪਾਸ ਆਊਟ ਉਹਦਾ ਫੈਡਰੇਸ਼ਨ ਉਹਦੀ ਸਿਸਟਰ ਰੀਅਲ ਸਿਸਟਰ ਲਿਵਸ ਇਨ ਆਸਟ੍ਰੇਲੀਆ ਤੇ ਉਹਨੇ ਉੱਥੋਂ ਹੀ ਕਿਸੇ ਏਜੰਟ ਨਾਲ ਕੰਟੈਕਟ ਕਰਾ ਕੇ ਇੱਕ ਮਾਰਾ ਏਜੰਟ ਹੁੰਦੇ ਕੁਝ ਮਾੜਾ ਏਜੰਟ ਹੁੰਦੇ ਆ ਸੋ ਦੈਟ ਮਸਟ ਬੀ ਅ ਮਾੜਾ ਏਜੰਟ ਨਾਟ ਅ ਮਾਰਾ ਏਜੰਟ ਉਹਦੇ ਕੋਲੋਂ ਫਾਈਲ ਲਗਵਾਈ ਫੈਡਰੇਸ਼ਨ ਯੂਨੀਵਰਸਿਟੀਜ਼ ਬੈਚਲਰ ਆਫ ਨਰਸਿੰਗ ਅਗੇਨ ਫੈਡਰੇਸ਼ਨ ਯੂਨੀਵਰਸਿਟੀ ਸਰਕਾਰੀ ਕੈਂਪਸ ਹੈ ਵਧੀਆ ਯੂਨੀਵਰਸਿਟੀ ਹੈਗੀ ਆ ਅੱਛਾ ਕੋਰਸ ਚੁਣਿਆ ਗਿਆ ਉਹਦੇ ਹਿਸਾਬ ਦੇ ਨਾਲ ਬਟ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਵੀਜ਼ਾ ਰਿਫਿਊਜ਼ ਹੋ ਗਿਆ ਹੁਣ ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਹੈ ਯੂਨੀਵਰਸਿਟੀ ਦੁਬਾਰਾ ਤੋਂ ਸੀਓਈ ਦੇਣ ਲੱਗੇ ਬਹੁਤ ਜਾਂਚ ਪੜਤਾਲ ਕਰਦੀ ਹੈਗੀ ਆ ਇਫ ఎవਰੀਥਿੰਗ ਇਜ਼ ਫਾਊਂਡ ਗੁੱਡ ਤਾਂ ਹੀ ਦੁਬਾਰਾ ਸੀਓਈ ਦਿੱਤੀ ਜਾਂਦੀ ਹੈ ਉਹ ਸਮਝਦਾਰ ਏਜੰਟ ਨੇ ਬਿਨਾਂ ਯੂਨੀਵਰਸਿਟੀ ਨੂੰ ਦੱਸਿਆ ਦੁਬਾਰਾ ਉਹਦੀ ਫਾਈਲ ਰੀਲੌਂਚ ਕਰ ਦਿੱਤੀ ਪਰ ਕਹਿੰਦੇ ਨਾ ਕਿਸੇ ਵੇਲੇ ਵੀ ਕੁੱਬੇ ਨੂੰ ਲੱਤ ਮਾਰੀ ਤੇ ਵਾਰ ਆ ਗਈ ਮਾਈਟ ਬੀ ਉਹੀ ਉਸ ਬੱਚੇ ਨਾਲ ਹੋਣਾ ਸੀਗਾ ਉਸ ਏਜੰਟ ਨੇ ਦੁਬਾਰਾ ਸੇਮ ਸੀਓਈ ਨਾਲ ਫੈਡਰੇਸ਼ਨ ਯੂਨੀਵਰਸਿਟੀ ਦੀ ਫਾਈਲ ਉਹਦੀ ਰੀਲੌਂਚ ਕੀਤੀ ਇਹ ਗੱਲ ਕਰ ਰਹਾ ਮੈਂ ਅਗਸਤ ਵਿੱਚ ਉਹਨੇ ਪ੍ਰੋਸੈਸ ਸ਼ੁਰੂ ਕੀਤਾ ਤੇ ਪੌਂਚ ਦਾ ਪੁਆਇੰਟ ਤੇ ਦਸੰਬਰ ਚ ਪਹੁੰਚ ਗਈ ਜਦੋਂ ਫਾਈਲ ਦੁਬਾਰਾ ਰੀਲੌਂਚ ਕੀਤੀ ਤੇ ਇਹ ਐਮਬੈਸੀ ਨੇ ਉਹਦੇ ਕੋਲੋਂ ਨਵੀਂ ਸੀਓਈ ਮੰਗ ਲਈ ਵੀ ਪੁਰਾਣੀ ਸੀਓਈ ਤੁਹਾਡੀ ਖਤਮ ਹੋ ਚੁੱਕੀ ਹੈ ਯੂਨੀਵਰਸਿਟੀ ਤੋਂ ਸਾਨੂੰ ਨਵੀਂ ਸੀਓਈ ਲੈ ਕੇ ਦਿਓ ਏਜੰਟ ਨੇ ਬਹੁਤ ਕੋਸ਼ਿਸ਼ ਕੀਤੀ ਯੂਨੀਵਰਸਿਟੀ ਤੋਂ COE ਦੁਬਾਰਾ ਲੈਣ ਦੀ ਸਟੂਡੈਂਟ ਨੇ ਬਹੁਤ ਕੋਸ਼ਿਸ਼ ਕੀਤੀ COE ਦੁਬਾਰਾ ਲੈਣ ਦੀ ਬਟ ਯੂਨੀਵਰਸਿਟੀ ਨੇ ਨਹੀਂ ਮੰਨਿਆ ਵੀ ਤੁਸੀਂ ਸਾਨੂੰ ਦੱਸਿਆ ਨਹੀਂ ਦੁਬਾਰਾ ਫਾਈਲ ਰੀਲੌਂਚ ਕੀਤੀ ਹੈ ਵਿਦਆਊਟ ਆਵਰ ਪਰਮਿਸ਼ਨ ਕੀਤੀ ਹੈ ਅਸੀਂ COE ਨਹੀਂ ਦਵਾਂਗੇ ਕਿਸੇ ਰੈਫਰੈਂਸ ਦੇ ਨਾਲ ਇਹ ਪਰਿਵਾਰ ਮੇਰੇ ਕੋਲ ਆਇਆ ਜਿਹੜੀ ਲੜਕੀ ਦੀ ਭੈਣ ਆਸਟ੍ਰੇਲੀਆ ਰਹਿੰਦੀ ਉਹ ਵੀ ਆਈ ਹੋਈ ਸੀਗੀ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਉਮੀਦ ਤੇ ਨਹੀਂ ਦਿੱਤੀ ਬਟ ਆਈ ਸੈਟ ਚਲੋ ਲੈਟਸ ਟ੍ਰਾਈ ਜਿੰਨੀ ਮੈਨੂੰ ਸਮਝ ਆ ਗਈ ਹੈ ਕੋਸ਼ਿਸ਼ ਕਰਦੇ ਹਾਂ ਅਸੀਂ ਉਹਦਾ ਡਿਪਲੋਮਾ ਆਫ ਨਰਸਿੰਗ ਦੀ ਆਫਰ ਮੰਗਵਾਈ ਮੈਂ ਸੀਓਈ ਮੰਗਵਾਈ ਇੱਕ ਪ੍ਰਾਈਵੇਟ ਕਾਲਜ ਤੋਂ ਆਸਟ੍ਰੇਲੀਆ ਤੋਂ ਜਿੱਥੇ ਕਾਲਜ ਵਾਲੇ ਮੇਰੀ ਗੱਲ ਸਮਝਦੇ ਸੀਗੇ ਬਟ ਕਾਲਜ ਅੱਛਾ ਸੀਗਾ ਮੈਨੂੰ ਪਤਾ ਹੈਗਾ ਬਿਕੋਜ਼ ਡਿਪਲੋਮਾ ਆਫ ਨਰਸਿੰਗ ਹਰ ਐਮਏ ਕਾਲਜ ਨੂੰ ਨਹੀਂ ਮਿਲ ਪਾਂਦੀ ਵਧੀਆ ਬੈਕਗ੍ਰਾਉਂਡ ਹੋਏਗਾ ਕਾਲਜ ਦਾ ਆਡਿਟ ਵਗੈਰਾ ਪਾਸ ਹੋਏਗਾ ਸਾਰਾ ਤਾਈ ਉਹਨਾਂ ਨੂੰ ਡਿਪਲੋਮਾ ਆਫ ਨਰਸਿੰਗ ਦੀ ਪਰਮਿਸ਼ਨ ਮਿਲਦੀ ਹੈ ਐਂਡ ਬਲੀਵ ਇਟ 14 15 ਦਸੰਬਰ ਦੀ ਫਾਈਲ ਲੱਗੀ ਤੇ 3 ਜਨਵਰੀ ਨੂੰ ਸਵੇਰੇ ਸਾਨੂੰ ਕੁੜੀ ਦਾ ਵੀਜ਼ਾ ਮਿਲ ਗਿਆ ਐਂਡ ਸ਼ੀ ਵਾਸ ਸੋ ਹੈਪੀ ਯੂ ਜਸਟ ਸੀ ਹਰ ਰਿਐਕਸ਼ਨ ਮੇਰੇ ਫੇਸਬੁੱਕ ਪੇਜ ਦੇ ਉੱਪਰ ਔਰ ਇੰਸਟਾ ਦੇ ਉੱਪਰ ਕੁੜੀ ਦਾ ਰਿਐਕਸ਼ਨ ਅ ਦਮਨਪ੍ਰੀਤ ਕੌਰ ਦਾ ਨਾਮ ਹੈਗਾ ਕਿ ਕਿਆ ਉਹਨੂੰ ਵੀ ਰਿਐਕਸ਼ਨ ਉਹਨੂੰ ਸੀ ਸਰਪ੍ਰਾਈਜ਼ ਦਿੱਤਾ ਬੁਲਾਇਆ ਵੀ ਤੇਰੀ ਇੰਟਰਵਿਊ ਆ ਗਈ ਤੇ ਉਹਨੂੰ ਸਰਪ੍ਰਾਈਜ਼ ਦਿੱਤਾ ਐਂਡ ਸ਼ੀ ਵਾਸ ਐਕਸਾਈਟਿਡ ਹਰ ਫੈਮਲੀ ਵਾਸ ਐਕਸਾਈਟਿਡ ਸੋ ਆ ਬਹੁਤ ਪੋਜ਼ਿਟਿਵ ਡਵੈਲਪਮੈਂਟ ਹੋਈ ਹੈ ਇੰਨੇ ਸਾਲਾਂ ਬਾਅਦ ਪਰ ਪਰ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਇੱਕ ਹੋਰ ਕਾਲਜ ਤੋਂ ਆਫਰ ਲੈਟਰ ਉਸੇ ਹੀ ਮੰਗਾਈ ਅੰਬੈਸੀ ਕਿਵੇਂ ਕਨਵਿੰਸ ਹੋਈ ਸਰ ਅੰਬੈਸੀ ਨੂੰ ਰਾਈਟ ਅਪ ਦਿੱਤਾ ਇੱਕ ਨਵੀਂ ਸਟੇਟਮੈਂਟ ਆਫ ਪਰਪਸ ਬਣਾ ਕੇ ਦਿੱਤੀ ਵੀ ਮੈਂ ਇਹ ਅਪਲਾਈ ਕੀਤਾ ਸੀ ਕੋਰਸ ਮੈਚਿੰਗ ਕੋਰਸ ਦੁਬਾਰਾ ਲੈ ਆਏਗਾ ਹਾਂ ਇੱਕ ਹਾਇਰ ਐਜੂਕੇਸ਼ਨ ਜਾ ਰਿਹਾ ਸਟੂਡੈਂਟ ਬੈਚਲਰ ਆਫ ਨਰਸਿੰਗ ਚੁਣ ਵੋਕੇਸ਼ਨਲ ਚ ਜਾ ਰਿਹਾ ਡਿਪਲੋਮਾ ਆਫ ਨਰਸਿੰਗ ਦੇ ਵਿੱਚ ਸੋ ਕਿਤੇ ਨਾ ਕਿਤੇ ਆਲ ਸੇ ਗੋਡਸ ਗ੍ਰੇਸ ਆਲਸੋ ਬਟ ਟੀਮ ਨੇ ਪੂਰੀ ਮਿਹਨਤ ਲਗਾਈ ਉਹਦੀ ਪ੍ਰੈਪਰੇਸ਼ਨ ਦੇ ਉੱਪਰ ਉਹਦੀ ਐਸਓਪੀ ਦੇ ਉੱਪਰ ਮਿਹਨਤ ਲੱਗੀ ਹੈ ਐਂਡ ਦੈਨ ਰਿਜ਼ਲਟ ਆਇਆ ਮੈਂ ਇੱਕ ਹੋਰ ਯੂਨੀਵਰਸਿਟੀ ਤੋਂ ਕਾਲਜ ਤੁਸੀਂ ਸ਼ਿਫਟ ਹੋ ਜਾ ਬਹੁਤ ਸਾਲਾਂ ਬਾਅਦ ਆਹ ਟ੍ਰੈਂਡ ਦੇਖਿਆ ਮੈਂ ਬਹੁਤ ਸਾਲ ਬਾਅਦ ਵੀ ਰਿਜੈਕਸ਼ਨ ਤੋਂ ਬਾਅਦ ਵੀਜ਼ਾ ਆਇਆ ਹੈਗਾ ਸੋ ਦੈਟਸ ਵੈਰੀ ਪੋਜ਼ਿਟਿਵ ਕਿਤਨਾ ਕਿਤੇ ਇਹ ਸਾਈਨ ਦੇ ਰਿਹਾ ਵੀ ਆਸਟ੍ਰੇਲੀਆ ਤਿਆਰ ਹੈ ਕੀ ਤੁਸੀਂ ਤਿਆਰ ਹੋ ਇਹ ਜ਼ਰੂਰ ਦੇਖੋ ਬਿਲਕੁਲ ਠੀਕ ਹੈ ਸੋ ਇੱਕ ਬੜਾ ਅੱਛਾ ਐਕਸਪੀਰੀਅੰਸ ਵੀ ਰਿਹਾ ਮਤਰਵੇਦੀ ਸਾਹਿਬ ਕਿ ਜਦੋਂ ਸਟੂਡੈਂਟ ਇੱਕ ਯੂਨੀਵਰਸਿਟੀ ਚ ਜਾ ਰਿਹਾ ਤੇ ਯੂਨੀਵਰਸਿਟੀ ਤੋਂ ਕਾਲਜ ਦੇ ਵਿੱਚ ਤੁਸੀਂ ਅਪਲਾਈ ਕੀਤਾ ਇਹਦਾ ਮਤਲਬ ਹੈ ਕੀ ਸਟੂਡੈਂਟ ਦੀ ਜਿਹੜੀ ਐਸਓਪੀ ਦੇ ਵਿੱਚ ਜੋ ਚੀਜ਼ਾਂ ਮੈਂਸ਼ਨ ਸੀ ਕਿ ਸਟੂਡੈਂਟ ਦੀ ਇੰਟੈਂਸ਼ਨ ਕੀ ਹੈ ਉਹਦੀ ਪ੍ਰੀਵੀਅਸ ਕੁਆਲੀਫਿਕੇਸ਼ਨ ਕੀ ਹੈ ਔਰ ਉਹਦਾ ਇੰਟਰਸਟ ਕੀ ਹੈ ਇਹ ਸਾਰੀਆਂ ਚੀਜ਼ਾਂ ਹਾਈ ਕਮਿਸ਼ਨ ਨੇ ਅੰਡਰਸਟੈਂਡ ਕੀਤੀਆਂ ਸ਼ਾਇਦ ਐਲੀਜੀਬਲ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਆਸਟ੍ਰੇਲੀਆ ਵੀਜ਼ਾ ਜ਼ਰੂਰ ਦੇ ਦੇਗਾ ਉਹਨਾਂ ਨੂੰ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਵੀ ਤੁਹਾਡਾ ਰਿਫਿਊਜ਼ ਆ ਤਾਂ ਸਭ ਦੇ ਵੀਜ਼ੇ ਲੱਗ ਜਾਣੇ ਨੇ ਯੈਸ ਇਟ ਹੈਜ਼ ਟੂ ਬੀ ਡਨ ਪ੍ਰੋਸੈਸ ਡਿਊ ਡਿਲੀਜੈਂਸ ਕੰਪਲੀਟ ਕਰਨੀ ਪੈਣੀ ਹੈਗੀ ਤੁਹਾਡਾ ਪ੍ਰੋਫਾਈਲ ਅੱਛਾ ਹੋਣਾ ਚਾਹੀਦਾ ਹੈਗਾ ਕਿਤਨਾ ਕਿਤੇ ਦਿਖ ਰਿਹਾ ਵੀ ਕਿਸੇ ਬੱਚੇ ਨਾਲ ਇਨਜਸਟਿਸ ਹੋਇਆ ਤੇ ਯੈਸ ਵੀ ਆਰ देयर द ਐਮਬੈਸੀ ਇਜ਼ देयर ਐਮਬੈਸੀ ਨੇ ਵੀ ਰੀਸੈਂਟ ਇੱਕ ਟਵੀਟ ਕਰਕੇ ਕਿਹਾ ਵੀ ਅਸੀਂ ਦੁਬਾਰਾ ਤੋਂ ਫਾਈਲਸ ਪ੍ਰੋਸੈਸ ਕਰਨ ਨੂੰ ਤਿਆਰ ਹਾਂ ਬਟ ਸਿਲੈਕਟਿਵਲੀ ਕੰਮ ਹੋਏਗਾ ਹਰ ਇੱਕ ਦਾ ਨਹੀਂ ਹੋ ਪਾਏਗਾ ਸੋ ਵਿਜ਼ਿਟ ਕਰੋ ਇੱਕ ਵਾਰੀ ਆਪਣਾ ਪ੍ਰੋਫਾਈਲ ਸ਼ੇਅਰ ਕਰ ਲਓ ਨੰਬਰ ਤੁਹਾਡੇ ਕੋਲ ਸਕਰੀਨ ਤੇ ਹੈ ਹੀ ਹੈ 92163555355 ਸਾਡੇ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਕਿਸੇ ਵੀ ਆਫਿਸ ਵਿੱਚ ਟਾਈਮ ਦਿਓ ਸਾਡੀ ਟੀਮ ਨੂੰ ਉਹਨੂੰ ਸਟੱਡੀ ਕਰਨ ਲਈ ਕਿ ਕੀ ਲੂਪ ਹੋਲਸ ਰਹਿ ਗਏ ਸੀ ਕੀ ਅਸੀਂ ਹੋਰ ਉੱਚ ਪਾ ਸਕਦੇ ਹਾਂ ਐਂਡ ਦੈਨ ਇਫ ਵੀ ਸੇ ਵੀਲ ਰੀਐਪਲਾਈਡ ਐਂਡ ਚਾਂਸਸ ਆਰ দেয়ার ਬਿਲਕੁਲ ਠੀਕ ਹੈ ਸੋ ਫੈਬਰੂਰੀ ਇਨਟੇਕ ਔਰ ਨੈਕਸਟ ਇਨਟੇਕ ਜਿਹੜੇ ਆਸਟ੍ਰੇਲੀਆ ਦੇ ਉਹਨਾਂ ਦੇ ਲਈ ਲਗਾਤਾਰ ਸੀਟਸ ਨੇ ਜਿਹੜੀਆਂ ਅਵੇਲੇਬਲ ਨੇ ਸੋ ਕਾਂਤ ਰਵੇਦੀ ਜੀ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤ੍ਰिवेदी ਓਵਰਸੀਜ਼ ਦੇ ਨਾਲ ਔਰ ਮੈਨੂੰ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਚ ਅਗਰ ਰਿਫਿਊਜ਼ਲ ਹੋਣਗੇ ਤੇ ਅਗਰ ਜੈਨੂਇਨ ਤਰੀਕੇ ਦੇ ਨਾਲ ਰੀਐਪਲਾਈ ਕੀਤਾ ਜਾਵੇ ਤੁਹ ਦੁਬਾਰਾ ਵੀ ਵੀਜ਼ੇ ਮਿਲ ਸਕਦੇ ਨੇ ਸੋ ਇੱਕ ਨਵਾਂ ਟ੍ਰੈਂਡ ਅਸੀਂ ਇਹਨੂੰ ਹਾਲਾਂਕਿ ਇਹ ਬਹੁਤ ਇਨੀਸ਼ੀਅਲ ਸਟੇਜ ਹੈ ਲੇਕਿਨ ਅਸੀਂ ਇੱਕ ਨਵਾਂ ਟ੍ਰੈਂਡ ਕਹਿ ਸਕਦੇ ਆ ਇਹਨੂੰ 2023 ਦਾ ਜਿਹੜਾ 2023 ਦਾ ਨਾਮ ਡੱਲਾਇ ਦਿੱਤਾ ਵੀਜ਼ਾ ਇਅਰ ਸੋ ਆਈ ਰੀਅਲੀ ਹੋਪ ਐਂਡ ਪ੍ਰੇ ਟੂ ਗੋਡ ਵੈਦਰਵੇ ਦਸ ਸ਼ੁੱਡ ਬੀ ਦ ਵੀਜ਼ਾ ਇਅਰ ਸਾਰਿਆਂ ਨੂੰ ਵੀਜ਼ੇ ਮਿਲਣ ਚਲੋ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ